ਦਾ ਦੀਵਾਨ ਜੋ ਦਲ ਖਾਲਸਾ ਦੇ ਬਾਨੀ ਭਾਈ ਸਾਹਿਬ ਗਜਿੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਕੌਮ ਵਾਸਤੇ ਬਹੁਤ ਵੱਡੀ ਘਾਲਣਾ ਜਿਹੜੀ ਘਾਲੀ, ਲਗਭਗ 43 ਸਾਲਾਂ ਦਾ ਸਮਾਂ ਜੋ ਪਾਕਿਸਤਾਨ ਦੇ ਵਿੱਚ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੀ ਗ੍ਰਿਫਤਾਰੀ ਹੁੰਦੀ ਆ, ਤਾਂ ਉਸ ਵੇਲੇ ਉਹਨਾਂ ਦੀ ਰਿਹਾਈ ਵਾਸਤੇ ਰੋਹ ਦੇ ਵਿੱਚ ਭਾਈ ਗਜਿੰਦਰ ਸਿੰਘ ਉਹਨਾਂ ਨੇ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲੈ ਗਏ। ਲਾਹੌਰ ਦੇ ਵਿੱਚ ਉਹਨਾਂ ਨੂੰ ਫਿਰ ਗ੍ਰਿਫਤਾਰ ਵੀ ਕਰ ਲਿਆ ਗਾ ਬਾਅਦ ਵਿੱਚ। ਪਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵੀਡੀਓ ਵਾਇਰਲ ਹੋਈਆਂ, ਜਿਹਦੇ ਵਿੱਚ ਉਹ ਲੋਕ ਸਨ ਜਿਹੜੇ ਭਾਰਤ ਤੋਂ ਜਿਹੜੇ ਜਦੋਂ ਅਗਵਾ ਕੀਤਾ ਜਹਾਜ਼ ਨੂੰ, ਤਾਂ ਖਾਲਸੇ ਦਾ ਇੱਕ ਅਸੂਲ ਰਿਹਾ ਆ, ਤਾਂ ਉਹ ਬੀਬੀਆਂ ਜਿਹੜੀਆਂ ਆ ਖੁਦ ਦੱਸਦੀਆਂ ਕਿ ਸਾਡੇ ਨਾਲ ਜਿਹੜਾ ਵਰਤਾਓ, ਜਿਹੜਾ ਜਦੋਂ ਜਹਾਜ਼ ਨੂੰ ਹਾਈਜੈਕ ਕੀਤਾ ਗਿਆ ਅਗਵਾ ਕਰਕੇ ਲੈ ਗਏ ਪਾਕਿਸਤਾਨ ਦੇ ਵਿੱਚ, ਤਾਂ ਸਾਡੇ ਨਾਲ ਕੋਈ ਬਦਸਲੂਕੀ ਜਾਂ ਸਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਗਿਆ। ਸੋ ਉਸ ਵੇਲੇ ਜਿਹੜਾ ਆ ਉਹ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ। ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਬਹੁਤ ਕੁਛ ਦੇਖਦੇ ਹੋ, ਪਿਛਲੇ ਸਮਿਆਂ ਦੇ ਵਿੱਚ ਜਹਾਜ਼ ਗਵਾ ਵੀ ਹੋਏ ਆ, ਉਹਨਾਂ ਵਿੱਚ ਕਿਵੇਂ ਜਿਹੜਾ ਲੋਕਾਂ ਨੂੰ ਮਾਰਿਆ ਵੀ ਗਿਆ ਜਹਾਜ਼ਾਂ ਦੇ ਵਿੱਚ। ਸੋ ਪਰ ਜਿਹੜਾ ਖਾਲਸੇ ਨੇ ਇੱਕ ਆਪਣਾ ਪ੍ਰੋਟੈਸਟ ਕੀਤਾ, ਉਹ ਇੱਕ ਅਸੂਲ ਆ। ਸੋ ਉਹਨਾਂ ਅਸੂਲਾਂ ਨੂੰ ਕਾਇਮ ਰੱਖਦਿਆਂ ਹੋਇਆਂ, ਸੋ ਭਾਈ ਗਜਿੰਦਰ ਸਿੰਘ ਉਹਨਾਂ ਦੇ ਬਹੁਤ ਲੰਮਾ ਸੰਘਰਸ਼ ਜਿਹੜਾ ਉਹਨਾਂ ਨੇ ਆਪਣੀਆਂ ਲਿਖਤਾਂ ਦੇ ਨਾਲ, ਕਵਿਤਾਵਾਂ ਦੇ ਨਾਲ ਕੌਮ ਨੂੰ ਆਖਰੀ ਸਵਾਸਾਂ ਤੱਕ ਆਪਣਿਆਂ ਤੱਕ ਜਿਹੜੀ ਇੱਕ ਸੇਧ ਦਿੰਦੇ ਰਹੇ ਆ ਆਪਣੀਆਂ ਕਵਿਤਾਵਾਂ ਦੇ ਜ਼ਰੀਏ। ਉਹਨਾਂ ਨੇ ਭਾਰਤੀ ਹਕੂਮਤ ਅੱਗੇ ਗਿਵ ਅਪ ਨਹੀਂ ਕੀਤਾ, ਕਿਉਂਕਿ ਹੁਣ ਦੇ ਸਮਿਆਂ ਦੇ ਪਿੱਛੇ ਕਾਫੀ ਕੁਛ ਤੁਸੀਂ ਦੇਖਿਆ ਹੋਵੇਗਾ, ਪੰਜਾਬ ਦੇ ਵਿੱਚ ਵੀ ਕਈ ਇੱਦਾਂ ਦੇ ਇਨਸਾਨ ਆ ਜਿਹੜੇ ਕੁਛ ਸਮੇਂ ਲਈ ਸੰਘਰਸ਼ ਦੀ ਗੱਲ ਕਰਦੇ ਆ, ਕਿਉਂਕਿ ਉਹ ਪਲੈਂਟ ਜਿਹੜੇ ਕੀਤੇ ਹੁੰਦੇ ਭਾਰਤੀ ਹਕੂਮਤ ਵੱਲੋਂ। ਪਰ ਭਾਈ ਗਜਿੰਦਰ ਸਿੰਘ ਉਹਨਾਂ ਨੇ ਗਿਵ ਅਪ ਨਹੀਂ ਕੀਤਾ, ਉਹਨਾਂ ਨੇ ਆਪਣੀ ਜਿਹੜੀ ਸੰਘਰਸ਼ ਨੂੰ ਆਖਰੀ ਸਵਾਸਾਂ ਤੱਕ ਲੜਿਆ, ਔਰ ਪਿਛਲੇ ਦਿਨੀ ਉਹ ਪਾਕਿਸਤਾਨ ਦੀ ਧਰਤੀ 'ਤੇ ਉਹ ਜਿੰਨੇ ਵੀ ਸਤਿਗੁਰਾਂ ਨੇ ਆਪਣੀ ਜਿਹੜੀ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਰਾਜੇ। ਸੋ ਐਸੇ ਸੱਚੇ ਅਤੇ ਸੁੱਚੇ ਸਿਪਾਹੀ, ਉਹਨਾਂ ਦਾ ਜਿਹੜਾ ਪਰਿਵਾਰਕ, ਉਹਨਾਂ ਦੇ ਘਰੋਂ ਬੀਬੀ ਮਨਜੀਤ ਕੌਰ ਜੀ, ਇੱਕ ਸਾਲ ਪਹਿਲਾਂ ਉਹ ਯੂਰਪ ਦੇ ਵਿੱਚ ਅਕਾਲ ਚਲਾਣਾ ਕਰ ਗਏ, ਉਹਨਾਂ ਦੇ ਕੋਲ ਇੱਕੋ ਇੱਕ ਸੰਤਾਨ, ਉਹਨਾਂ ਦੀ ਬੇਟੀ। ਸੋ ਬੀਬੀ ਮਨਜੀਤ ਕੌਰ ਉਹਨਾਂ ਨੇ ਵੀ ਕਦੇ ਕੋਈ ਰੋਸਾ ਗਿਲਾ ਨਹੀਂ ਕੀਤਾ, ਉਹਨਾਂ ਨੇ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ, ਭਾਵੇਂ ਬਹੁਤ ਲੰਮਾ ਸਮਾਂ ਵੱਖ ਰਹੇ, ਪਰ ਹਮੇਸ਼ਾ ਹੀ ਉਹਨਾਂ ਨੇ ਹਰ ਤਰੀਕੇ ਨਾਲ ਭਾਈ ਸਾਹਿਬ ਉਹਨਾਂ ਦਾ ਸਾਥ ਦਿੱਤਾ। ਸੋ ਅੱਜ ਸਾਡੇ ਪਾਸ ਡਾਕਟਰ ਅਮਰਜੀਤ ਸਿੰਘ ਜੀ ਉਹਨੇ ਆਏ ਹੋਏ ਹਨ, ਉਹ
ਡਿਟੇਲ ਦੇ ਵਿੱਚ ਬਰੀਕੀ ਦੇ ਨਾਲ ਆਪ ਜੀ ਨੂੰ ਸਾਰਾ ਜਿਹੜਾ ਉਹਨਾਂ ਦੇ ਜੀਵਨ ਦੀ ਗਾਥਾ ਉਹ ਸਰਵਣ ਕਰਾਉਣਗੇ ਆਪਣੇ ਲੈਕਚਰ ਸਨ ਦੇ ਰਾਹੀਂ। ਸੋ ਸਾਧ ਸੰਗਤ ਜੀ, ਮੈਂ ਇੱਕ ਗੱਲ ਇਹ ਵੀ ਜ਼ਰੂਰ ਕਹਿੰਦਾ, ਅਸੀਂ ਜਿਹੜੇ ਦਿਨ ਚੱਲ ਰਹੇ ਆ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਿਵਸ ਵੀ ਮਨਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ। ਸੋ ਅਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਜਦੋਂ ਗੁਰੂ ਸਾਹਿਬ ਨੇ ਸਾਨੂੰ ਦੋ ਤਲਵਾਰਾਂ ਜਿਹੜੀਆਂ, ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ, ਸੋ ਮੈਂ ਇਹ ਵੀ ਗੱਲ ਸਮਝਦਾ ਵੀ ਜਿਹੜਾ ਕੰਪਲੀਟ ਇੱਕ ਸਿੱਖ ਮਨੁੱਖ ਜਿਹੜਾ ਨਾ, ਜਦੋਂ ਸਿੱਖ ਬਣ ਜਾਂਦਾ ਜਾਂ ਸਿੰਘ ਬਣ ਜਾਂਦਾ, ਉਹ ਕੰਪਲੀਟ ਸੰਤ ਅਤੇ ਸਿਪਾਹੀ ਵਾਲਾ ਕੰਸੈਪਟ ਜਿਹੜਾ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਆ। ਬਾਣੀ ਪੜ੍ਹਨੀ, ਸੇਵਾ ਕਰਨੀ, ਇਹ ਇੱਕ ਬਹੁਤ ਅਤਿਅੰਤ ਸਾਨੂੰ ਹੁਕਮ ਆ ਗੁਰੂ ਸਾਹਿਬਾਨ ਦਾ। ਪਰ ਉਹਨਾਂ ਦੇ ਨਾਲ ਨਾਲ ਛੇਵੇਂ ਪਾਤਸ਼ਾਹ ਨੇ ਇੱਕ ਸਾਨੂੰ ਮੇਰੀ ਦਾ ਅਤੇ ਪੀਰੀ ਦਾ ਸਿਧਾਂਤ ਵੀ ਦਿੱਤਾ ਆ, ਅਤੇ ਜਿਹਦੇ ਨਾਲ ਇੱਕ ਮਨੁੱਖ ਕੰਪਲੀਟ ਹੋ ਜਾਂਦਾ, ਬਣ ਜਾਂਦਾ। ਜਿੱਥੇ ਤੁਸੀਂ ਬਾਣੀ ਪੜ੍ਹਨੀ ਆ, ਧਰਮ ਦੀ ਗੱਲ ਕਰਨੀ ਆ, ਧਾਰਮਿਕ ਪੱਖ ਨੂੰ ਆਪਣੇ ਅਤੇ ਗ੍ਰਹਿਣ ਕਰਨਾ ਆ, ਢਾਲਣਾ ਉਹਦੇ ਅਨੁਸਾਰ ਆਪਣੇ ਆਪ ਨੂੰ, ਉੱਥੇ ਸਿਪਾਹੀ ਵਾਲਾ ਵੀ ਕੰਸੈਪਟ ਜਿਹੜਾ ਛੇਵੇਂ ਪਾਤਸ਼ਾਹ ਨੇ ਦਿੱਤਾ ਆ, ਉਹ ਵੀ ਸਾਨੂੰ ਅਪਣਾਉਣ ਦੀ ਲੋੜ ਆ। ਉਹਦਾ ਕਾਰਨ ਕਿਉਂ, ਅੱਜ ਦਾ ਜੋ ਯੁੱਗ ਆ, ਜਿਵੇਂ ਅਸੀਂ ਵਿਦੇਸ਼ਾਂ ਵਿੱਚ ਜਿਹੜੀ ਇੱਕ ਮਹਿਮ ਚੱਲਦੀ ਪਈ ਆ ਪੀਸਫੁੱਲ ਤਰੀਕੇ ਦੇ ਨਾਲ ਕੌਮੀ ਘਰ ਖਾਲਿਸਤਾਨ ਦੀ, ਤਾਂ ਉਹ ਮੀਰੀ ਪੀਰੀ ਵਾਲਾ ਸਿਧਾਂਤ ਜਿਹੜਾ ਆ ਉਹ ਕੰਪਲੀਟ ਹੋ ਜਾਂਦਾ ਜਦੋਂ ਅਸੀਂ ਇੱਕ ਧਾਰਮਿਕ, ਅਸੀਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੇ ਖੰਡੇ ਬਾਟੇ ਦੀ ਪੌਲ ਛੱਕ ਕੇ ਉੱਥੇ ਨਾਲ ਸੰਤ ਅਤੇ ਸੰਪਾਈ ਵਾਲਾ ਕੰਸੈਪਟ ਜਿਹੜਾ ਕਲਗੀਧਰ ਪਾਤਸ਼ਾਹ ਜੀ ਨੇ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਨੂੰ ਦੱਸਿਆ, ਉਸੇ ਕੰਸੈਪਟ ਨੂੰ ਲੈ ਕੇ ਅੱਗੇ ਜਿਹੜੇ ਸਾਡੇ 1984 ਤੋਂ ਬਾਅਦ 92-93 ਦੇ ਵਿੱਚ ਹਥਿਆਰ ਬੰਦ ਸ਼ਿਕਾਰ 'ਚ ਸਾਡੇ ਨੌਜਵਾਨ ਸਿੰਘਾਂ ਨੇ ਲੜਿਆ, ਉਹਦਾ ਕਾਰਨ ਇੱਕੋ ਇੱਕ ਸੀ ਵੀ ਤੁਹਾਡੇ ਨਾਲ ਸੰਨ 47 ਤੋਂ ਬਾਅਦ ਜੋ ਧੱਕੇਸ਼ਾਹੀਆਂ ਭਾਰਤ ਦੇ ਵਿੱਚ ਤੁਹਾਡੇ ਨਾਲ ਦੂਜੇ ਨੰਬਰ ਦੇ ਸ਼ਹਿਰੀ ਦੇ ਤੌਰ 'ਤੇ ਅਤੇ ਤੁਹਾਡੇ ਨਾਲ ਵਰਤਾਓ ਹੋਣਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਜਦੋਂ ਅੱਜ ਦੀ ਕੜੀ ਦੇ ਵਿੱਚ ਦੇਖਦੇ, ਡਾਈਸਪੁਰਾ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਸਾਡੇ ਸਿੱਖ ਨੌਜਵਾਨਾਂ ਦੀ ਕਿਲਿੰਗ ਸ਼ੁਰੂ ਹੁੰਦੀ ਆ, ਬਾਈ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਸੋ ਜਿਹੜੇ ਵੀ ਬੰਦੇ ਨੌਜਵਾਨ ਗੱਲ ਕਰਦੇ ਆ ਪੰਜਾਬ ਦੀ ਆਪਣੇ ਗੀਤਾਂ ਰਾਹੀਂ, ਆਪਣੇ ਵਿਚਾਰਾਂ ਰਾਹੀਂ, ਜਾਂ ਕਿਸੇ ਤਰੀਕੇ ਨਾਲ ਵੀ ਨਸ਼ਿਆਂ ਤੋਂ ਦੂਰ ਰੱਖਣ ਲਈ, ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਲਓ, ਉਹਨਾਂ ਨੇ ਗੁਰਭਾਈ ਲਹਿਰ ਚਲਾਈ ਪੰਜਾਬ ਦੀ ਧਰਤੀ 'ਤੇ, ਬਹੀਰ ਅੰਮ੍ਰਿਤ ਛਕਾਉਣ ਦੀ ਗੱਲ ਸੀ ਵੀ ਅਨੰਦਪੁਰ ਸਾਹਿਬ ਆਪਣੇ ਘਰ ਵੜ ਜਾਓ ਖਾਲਸਾ ਜੀ, ਵੀ ਵਾਪਸੀ ਕਰੋ, ਅੰਮ੍ਰਿਤ ਛਕੋ। ਤਾਂ ਉਹਨਾਂ ਮਹਿਮਾਂ ਨੂੰ ਦੱਬਣ ਲਈ ਵੀ ਭਾਰਤੀ ਹਕੂਮਤ ਨੇ ਆਪਣੇ ਏਜੰਟ ਜਿਹੜੇ ਆ ਉਹ ਹਾਇਰ ਕੀਤੇ, ਉਹਨਾਂ ਦੀਆਂ ਕਿਲਿੰਗ ਕਰਾਈਆਂ, ਅਤੇ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਜੀ ਖੰਡਾ, ਕੈਨੇਡਾ ਦੇ ਵਿੱਚ ਪਿਛਲੇ ਦਿਨੀ ਭਾਈ ਹਰਦੀਪ ਸਿੰਘ ਨਿੱਜਲ, ਉਹਨਾਂ ਦੀ ਸ਼ਹਾਦਤ ਹੋਈ। ਤਾਂ ਸਾਧ ਸੰਗਤ ਜੀ, ਉਹਨਾਂ ਸ਼ਹਾਦਤਾਂ ਦੇ ਪਿੱਛੇ, ਸਿੱਖ ਐਕਟੀਵਿਸਟ ਦੀਆਂ ਜਿਹੜੀਆਂ ਕਿਲਿੰਗ ਹੋਈਆਂ, ਇਹਨਾਂ ਦੇ ਪਿੱਛੇ ਹੱਥ ਜਿਹੜਾ ਭਾਰਤੀ ਹਕੂਮਤ ਦਾ, ਉਹਨਾਂ ਦੀਆਂ ਏਜੰਸੀਆਂ ਦੇ ਵਿੱਚ ਬੈਠ ਕੇ ਪਲੈਨਿੰਗਾਂ ਕੀਤੀਆਂ ਗਈਆਂ,
ਤਾਂ ਹੁਣ ਪਿੱਛੇ ਜੇ ਇੱਕ ਜਿਹੜੀ ਅਮੈਰੀਕਨ ਏਜੰਸੀ ਦੀ ਉਹ ਬੀਬੀ ਕੰਮ ਕਰਦੀ ਸੀ, ਉਹਨੇ ਉਹ ਸਾਰਾ ਦੱਸਿਆ ਕਿ ਜਿਹੜੇ ਅਫਗਾਨਿਸਤਾਨ ਪਾਕਿਸਤਾਨ ਸਾਰੇ ਪਾਸੇ ਵੀ ਕਿੰਨੇ ਬਿਲੀਅਨ ਡਾਲਰ ਦਾ ਜਿਹੜਾ ਉਹ ਫੰਡ ਜਿਹੜਾ ਅਮੈਰੀਕਨ ਇੰਡੀਅਨ ਏਜੰਸੀਆਂ ਨੇ ਰੱਖਿਆ ਸੀ ਵੀ ਸਿੱਖ ਨੌਜਵਾਨਾਂ ਦੀ ਕਿਲਿੰਗ ਦੇ ਵਾਸਤੇ, ਉਹ ਸਾਰਾ ਕੁਛ ਐਕਸਪੋਜ਼ ਹੋ ਰਿਹਾ, ਨੰਗੇ ਹੋ ਰਹੇ ਆ ਪੂਰੀ ਦੁਨੀਆ ਦੇ ਵਿੱਚ। ਸੋ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਦਾ ਵੀ ਜਸਟਿਨ ਟਰੂਡੋ ਨੇ ਗੱਲ ਕਹੀ ਕਿ ਭਾਰਤੀ ਹਕੂਮਤ ਦਾ ਹੱਥ ਆ, ਨਰਿੰਦਰ ਮੋਦੀ ਹੋਵੇ, ਅਮਿਤ ਸ਼ਾਹ ਹੋਵੇ, ਉਹਨਾਂ ਦੀਆਂ ਏਜੰਸੀਆਂ ਦੇ ਜਿਹੜੇ ਅਜੀਤ ਡੋਵਾਲ ਜਾਂ ਸਮੰਤ ਗੋਇਲ, ਹੁਣ ਉਹਨਾਂ ਦਾ ਵੀ ਨਾਂ ਆਇਆ ਆ। ਸੋ ਇਹ ਗੱਲਾਂ ਜਦੋਂ ਸਾਰੀਆਂ ਨਸ਼ਰ ਹੋ ਗਈਆਂ ਤਾਂ ਫਿਰ ਹੁਣ ਸਾਨੂੰ ਕਿਸ ਗੱਲ ਦੀ ਵੇਟ ਅਸੀਂ ਕਰਦੇ ਪਏ ਹਾਂ ਕਿ ਅਸੀਂ ਕਦੋਂ ਜਾਗਣਾ। ਤਾਂ ਉਹ ਜਿਹੜੀਆਂ ਸਾਰੀਆਂ ਕੁਛ ਅੱਗੇ ਲਿਆਂਦਾ ਇਹਨਾਂ ਕੰਟਰੀਆਂ ਨੇ ਕੱਢ ਕੇ ਕਿ ਇਹ ਜਿਹੜੀਆਂ ਕਿਲਿੰਗ ਦੇ ਵਿੱਚ ਹੱਥ ਭਾਰਤੀ ਹਕੂਮਤ ਦਾ ਸੀ, ਨਿਊਯਾਰਕ ਅਮੈਰੀਕਾ ਦੇ ਵਿੱਚ ਵੀ ਪਲੋਟ ਰਚਿਆ ਗਿਆ। ਤਾਂ ਉਹ ਨਿਖਿਲ ਗੁਪਤਾ ਜਿਹੜਾ ਇੱਕ ਉਹਨਾਂ ਦੇ ਡਿਪਲੋਮੈਟ ਬਿਕਰਮ ਯਾਦਵ ਜਿਹਨੂੰ CC1 ਕਰਕੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਿਊਯਾਰਕ ਦੇ ਕੋਰਟ ਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਰਿਪੋਰਟ ਸਬਮਿਟ ਹੋਈ ਉਹਨੂੰ ਮੈਂਸ਼ਨ ਕੀਤਾ ਗਿਆ ਸੀ ਕਿ CC1 ਨਾਂ ਨਹੀਂ ਸੀ ਦੱਸਿਆ ਗਿਆ। ਪਰ ਜਿਹੜੀ ਅਮੈਰੀਕਾ ਦੀ ਸਭ ਤੋਂ ਵੱਡੀ ਅਖਬਾਰ ਵਾਸ਼ਿੰਗਟਨ DC ਤੋਂ ਨਿਕਲਦੀ ਵਾਸ਼ਿੰਗਟਨ ਪੋਸਟ, ਉਹਦੇ ਵਿੱਚ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਦੱਸਿਆ ਕਿ ਜਿਹੜਾ CC1 ਸੀ ਉਹ ਬਿਕਰਮ ਯਾਦਵ ਸੀ। ਬਿਕਰਮ ਯਾਦਵ ਭਾਰਤੀ ਡਿਪਲੋਮੈਟ, ਉਹ ਸਿੱਧਾ ਅਜੀਤ ਡੋਵਾਲ, ਸਮੰਤ ਗੋਇਲ, ਅਮਿਤ ਸ਼ਾਹ, ਨਰਿੰਦਰ ਮੋਦੀ ਦੀ ਨਿਗਰਾਨੀ ਦੇ ਵਿੱਚ, ਕਹਿਣ ਤੋਂ ਭਾਵ ਕਿ ਭਾਰਤੀ ਪ੍ਰਾਈਮ ਮਿਨਿਸਟਰ ਦੇ ਸਿੱਧੇ ਇਸ਼ਾਰਿਆਂ ਦੇ ਨਾਲ ਆਪਣੀਆਂ ਏਜੰਸੀਆਂ ਨੂੰ ਇਹ ਹੁਕਮ ਦਿੱਤਾ ਗਿਆ ਵੀ ਜਿਹੜੇ ਨੌਜਵਾਨ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਦੇ ਆ ਪੀਸਫੁੱਲ ਤਰੀਕੇ ਨਾਲ ਨਾਈਸਪੁਰਾ 'ਚ, ਉਹਨਾਂ ਦੀ ਕਿਲਿੰਗ ਦਾ ਜਿਹੜਾ ਪਲੈਨ ਉਹਨਾਂ ਨੇ ਏਜੰਸੀਆਂ 'ਚੋਂ ਬਣਾਇਆ ਅਤੇ ਉਹ ਸਿੱਧੇ ਇਸ਼ਾਰੇ ਸੀ ਪ੍ਰਾਈਮ ਮਿਨਿਸਟਰ ਦੇ। ਤਾਂ ਫਿਰ ਸਾਧ ਸੰਗਤ ਜੀ ਉਹ CC1 ਜਿਹੜਾ ਆ ਵਾਸ਼ਿੰਗਟਨ ਪੋਸਟ ਨੇ ਉਹਨੂੰ ਐਕਸਪੋਜ਼ ਕੀਤਾ ਅਤੇ ਉਹ ਫਿਰ ਚੈੱਕ ਰਿਪਬਲਿਕ ਕੰਟਰੀ ਦੇ ਵਿੱਚ ਉਹਨੂੰ ਇੱਕ ਸਾਲ ਪਹਿਲਾਂ ਲਗਭਗ ਜਦੋਂ ਇਹ ਰਿਪੋਰਟਾਂ ਜਾਹਰ ਹੋਈਆਂ ਉੱਥੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਮੈਰੀਕਨ ਸਰਕਾਰ ਦੇ ਇਹਨਾਂ ਦੀਆਂ ਏਜੰਸੀਆਂ ਦੇ ਕਹਿਣ 'ਤੇ। ਅਤੇ ਇੱਕ ਸਾਲ ਤੋਂ ਬਾਅਦ ਜਿਹੜੀ ਕਾਨੂੰਨੀ ਪ੍ਰਕਿਰਿਆ ਜਦੋਂ ਪੂਰੀ ਕੰਪਲੀਟ ਹੋਈ ਤਾਂ ਉਹਨੂੰ ਨਕੇਲ ਪਾ ਕੇ ਹੁਣ ਅਮੈਰੀਕਾ ਚੱਕ ਲਿਆ ਆ ਅਤੇ ਉਹ ਅਮੈਰੀਕਾ ਦੀ ਬਰੁਕਲਿਨ ਜੇਲ੍ਹ ਦੇ ਵਿੱਚ ਹੈਗਾ। ਤਾਂ ਹੁਣ ਉਹਦੀਆਂ ਦੋ ਪੇਸ਼ੀਆਂ ਹੋਈਆਂ, ਦੋਨੇ ਪੇਸ਼ੀਆਂ 'ਤੇ ਅਸੀਂ ਅਟੈਂਡੈਂਸ ਦਿੱਤੀ। ਉਹ ਜਿਹੜਾ ਨਿਖਿਲ ਗੁਪਤਾ ਆ ਹੁਣ ਉਹਦੇ ਸੰਬੰਧ ਦੇ ਵਿੱਚ ਕੋਰਟ ਦੇ ਵਿੱਚ ਜੱਜ ਨੇ ਕਿਹਾ ਕਿ ਤੁਸੀਂ ਭਾਈ ਜਿਹੜੇ ਐਵੀਡੈਂਸ ਹੈਗੇ ਹਨ ਤੁਹਾਡੇ ਕੋਲ ਉਹ ਸਾਰੇ ਕੋਰਟ ਦੇ ਵਿੱਚ ਦਿੱਤੇ ਜਾਣ ਤਾਂ ਕਿ ਅਗਲੀਆਂ ਜਿਹੜੀਆਂ ਗੱਲਾਂ ਬਾਤਾਂ ਹੋਣ। ਸੋ ਮੇਰਾ ਕੁੱਲ ਮਿਲਾ ਕੇ ਮੈਂ ਇਹ ਗੱਲ ਆਪ ਜੀ ਦੇ ਨਾਲ ਇਸ ਕਰਕੇ ਕਰ ਰਿਹਾ ਵੀ ਅਮੈਰੀਕਾ ਦੇ ਵਿੱਚ ਹੋਵੇ ਜਾਂ ਡਾਇਸਪੁਰਾ ਦਾ ਕੋਈ ਕੋਨਾ ਹੋਵੇ, ਕੌਮੀ ਘਰ ਖਾਲਿਸਤਾਨ ਦੀ ਗੱਲ ਜਿਨ੍ਹਾਂ ਦੇ ਵਿੱਚ ਗਜਿੰਦਰ ਸਿੰਘ ਖਾਲਸਾ, ਦਲ ਖਾਲਸਾ ਦੇ ਬਾਨੀ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਇਸ ਸੰਘਰਸ਼ ਨੂੰ ਡੈਡੀਕੇਟ ਕੀਤਾ ਸੀ, ਕੋਈ ਕਿਸੇ ਕਿਸਮ ਦੀ ਉਹਨਾਂ ਦੇ ਉੱਤੇ ਉਂਗਲੀ ਨਹੀਂ ਕੋਈ ਚੱਕ ਸਕਦਾ। ਸੱਚਾ ਅਤੇ ਸੁੱਚਾ ਜੀਵਨ ਕੌਮੀ ਘਰ ਖਾਲਿਸਤਾਨ ਵਾਸਤੇ ਉਹਨਾਂ ਨੇ ਆਪਣਾ ਸੰਘਰਸ਼ ਲੜਿਆ। ਸੋ ਅਸੀਂ ਵੀ ਇਸ ਗੱਲ ਨੂੰ ਅਪਣਾਈਏ ਕਿ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਇਸ ਕੰਟਰੀ ਦੇ ਵਿੱਚ ਦਈਏ। ਇਹ ਕੋਈ ਹਥਿਆਰ ਚੱਕਣ ਦੀ ਗੱਲ ਨਹੀਂ, ਕਲਮ ਦੀ ਲੜਾਈ ਆ। ਸਾਡੀ ਕੌਮ ਦਾ ਬੱਚਾ ਅੱਜ ਇਸ ਗੱਲ ਵਾਸਤੇ ਉਹ ਕਾਬਲੀਅਤ ਰੱਖਦਾ
ਕਿ ਬ੍ਰਾਹਮਣਵਾਦੀ ਹਕੂਮਤ ਨੂੰ ਟੇਬਲ 'ਤੇ ਬੈਠ ਕੇ ਵੀ ਅਸੀਂ ਹਰਾ ਸਕਦੇ ਹਾਂ, ਅਸੀਂ ਹਥਿਆਰਬੰਦ ਸੰਘਰਸ਼ ਦੇ ਵਿੱਚ ਵੀ ਉਹਨਾਂ ਨੂੰ ਮਾਤ ਦਿੱਤੀ ਆ। ਸੋ ਕਹਿਣ ਤੋਂ ਭਾਵ ਅੱਜ ਦਾ ਜੋ ਸਮੁੱਚਾ ਦੀਵਾਨ ਆ, ਅਸੀਂ ਜਿਹੜਾ ਡੈਡੀਕੇਟ ਭਾਈ ਗਜਿੰਦਰ ਸਿੰਘ ਖਾਲਸਾ ਜੀ ਦਲ ਖਾਲਸਾ ਦੇ ਬਾਨੀ ਉਹਨਾਂ ਨੂੰ ਕਰ ਰਹੇ ਹਾਂ। ਸੋ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਮੁੱਚੇ ਜੀਵਨ ਨੂੰ ਪ੍ਰਣਾਮ ਕਰਦੇ ਹਾਂ ਅਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਐਸੇ ਹੀਰੇ ਕੌਮ ਨੂੰ ਹੋਰ ਭੇਜ, ਜਿਹੜੇ ਕੌਮ ਵਾਸਤੇ ਸੇਵਾਵਾਂ ਕਰਨ, ਔਰ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਕੀਤੀ ਸੇਵਾ ਦੀ ਉਹਨਾਂ ਨੂੰ ਥਾਂ ਪਾਉਣ ਅਤੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ।